أعوذ بالله من الشيطان الرجيم بسم الله الرحمن الرحيم گوہر گوہر کروں میں گوہر گوہر کروں گوہر گوہر کروں میں گوہر گوہر کروں اپنے من میں بٹھا کے تجھے یا گوہر اپنے من میں بٹھا کے تجھے یا گوہر 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 کروں میں گوہر گوہر کروں گوہر گوہر کروں میں گوہر گوہر کروں یار یاد گوہر شاہی یار یاد گوہر شاہی یار یاد گوہر 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 کروں میں گوہر گوہر کروں گوہر گوہر کروں میں گوہر 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 کروں میں گوہر گوہر کروں تیرا جلوہ رہے اب یوں ہی سامنے تیرا چہرہ رہے اب یوں ہی سامنے تیرا جلوہ رہے اب یوں ہی سامنے تیرا چہرہ رہے اب یوں ہی سامنے ایسے درشن کروں ایسے درشن کروں میں تیرے درشن کروں گوہر گوہر کروں میں گوہر گوہر کروں گوہر گوہر کروں میں گوہر گوہر کروں یار یاد گوہر شاہی یار یاد گوہر شاہی یار یاد گوہر 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 کروں میں گوہر گوہر کروں گوہر گوہر کروں ਹਾਂ ਜੀ ਆਓ ਕਲਬ ਜਾਰੀ ਹੋਣੇ ਕੀ ਜ਼ਾਹਰੀ ਦਲੀਲ ਕਿਆ ਹੈ ਕਲਬ ਜਾਰੀ ਹੋਣੇ ਕੀ ਜ਼ਾਹਰੀ ਦਲੀਲ ਵਹੀ ਜਾਣਤਾ ਹੈ ਜਿਸਕਾ ਕਲਬ ਜਾਰੀ ਹੋ ਜਾਏ ਦੂਸਰੇ ਕੋ ਪਤਾ ਨਹੀਂ ਚੱਲ ਸਕਤਾ ਹੈ ਅੱਲਾਹ ਤਾਲਾ ਫਰਮਾਤਾ ਹੈ ਕਿ ਦੋ ਤਰ੍ਹਾਂ ਕੀ ਇਬਾਦਤ ਹੈ ਇੱਕ ਬੰਦੋ ਸੇ ਕਰੋ ਬੰਦੇ ਦੇਖੇ ਉਸਕੇ ਲੀਏ ਹੁਕਮ ਹੈ ਕਿ ਨਮਾਜ਼ ਜਮਾਤ ਸੇ ਪੜ੍ਹ ਔਰ ਦੂਸਰੀ ਇਬਾਦਤ ਕੇ ਲੀਏ ਫਰਮਾਤਾ ਹੈ ਕਿ ਚੋਰੀ ਚੋਰੀ ਕਰ ਤੂੰ ਜਾਣੇ ਮੈਂ ਜਾਣੂ ਇਸ ਕੋ ਵੀ ਖਬਰ ਨਾ ਹੋ ਕਲਬ ਕੀ ਇਬਾਦਤ ਹੈ ਬਾਦ ਹਵਾ ਕਲਬ ਕੀ ਇਬਾਦਤ ਇਤਨੀ ਬੜ ਜਾਤੀ ਹੈ ਕਲਬ ਕੀ ਮਖਲੂਕੇ ਲਤੀਫੇ ਇਸ ਜਿਸਮ ਸੇ ਨਿਕਲ ਜਾਤੇ ਹੈ ਉਕਰਾਮਨ ਕਾਤਮੀਨ ਕੋ ਮੁਸੀਬਤ ਪੜ ਜਾਤੀ ਹੈ ਭਾਈ ਤੁਹਾਰੇ ਸੱਤ ਨੌ ਸੋਲਾਂ ਜੁਸੇ ਨਿਕਲ ਕੇ ਕੋਈ ਉਧਰ ਜ਼ਿਕਰ ਕਰ ਰਿਹਾ ਕੋਈ ਖਾਨੇ ਕਾਬਾ ਮੈਂ ਕਰ ਰਿਹਾ ਕੋਈ ਹਜ਼ੂਰ ਪਾਕ ਰੋਜ਼ੇ ਪੜ ਰਿਹਾ ਕਰਾਮਨ ਕਾਦਮੀਨ ਤਾਂ ਦੋਵੇਂ ਉਹ ਸੋਲਾਂ ਜਗ੍ਹਾ ਲਗਾ ਹੂਏ ਤਾਂ ਫਿਰ ਪਤਾ ਹੀ ਨਹੀਂ ਚਲਦਾ ਕਿਸ ਕਾ ਕਿਤਨਾ ਜ਼ਿਕਰ ਹੋ ਗਿਆ ਉਸ ਵਕਤ ਅੱਲਾਹ ਤਾਲਾ ਫਰਮਾਤਾ ਇਸ ਕੀ ਕਿਤਾਬ ਕੋ ਛੋੜ ਦੋ ਬਸ ਸੁਭਾਨ ਅੱਲਾਹ ਸੁਭਾਨ ਅੱਲਾਹ